ਕਿ ਮਾਲਕ ਨੂੰ ਕਿਹੜੀਆਂ ਗੱਲਾਂ ਚੰਗੀਆਂ ਲੱਗਦੀਆਂ ਹੈ, ਮਾਲਕ ਦੇ ਘਰ ਵਿੱਚ ਰਹਿਣਾ ਵਸਣਾ ਕਿਵੇਂ ਆ, ਉੱਥੋਂ ਦੀ ਦੁਨੀਆ ਨੂੰ ਦੇ ਵਿੱਚ ਜਾ ਕੇ ਕਿਵੇਂ ਪ੍ਰਵੇਸ਼ ਕਰਨਾ ਹੈ, ਕਿਵੇਂ ਰਹਿਣਾ ਹੈ, ਇਹ ਅਸੀਸਾਂ ਦੇਵੇ। ਜਿਉਂ ਹੋਵੇ ਸਾਹਿਬ ਸਿਉਂ ਮੇਲ, ਜਿਵੇਂ ਮਾਲਕ ਨਾਲ ਮਿਲਾਪ ਹੋਣਾ ਹੈ, ਇੱਕ ਮਿਕਤਾ ਹਾਸਲ ਕਰਨੀ ਆ, ਉਹ ਗੁਣਾਂ ਦੇ ਨਾਲ ਭਾਈ ਸਾਹਿਬ ਇਹੀ ਸਮਝਾ ਰਹੇ ਨੇ। ਕਹਿਣ ਲੱਗੇ ਸੱਜਣਾ, ਉਹ ਮਾਲਕੇ ਕਲਿਆਣ ਸਰੂਪ ਵਾਹਿਗੁਰੂ ਔਰ ਉਹਦੀ ਭਾਰੀ ਸੇਵਾ ਕਰ, ਅਤੇ ਉਹ ਪਰਿਪੂਰਨ ਪਰਮਾਤਮਾ ਜਿਹੜਾ ਆ ਉਹਨੇ ਹਜ਼ਾਰਾਂ ਹੀ ਗਣੇਸ਼ ਜਾਹੇ, ਪਾਰਵਤੀ ਵਰਗੇ ਔਰ ਸ਼ਿਵਜੀ ਵਰਗੇ ਬੇਅੰਤ ਬੇਅੰਤ ਪੈਦਾ ਕੀਤੇ ਹੋਏ ਨੇ। ਪੂਜਾ ਕਰ ਬੇਨਤੀ ਬਖਾਨੇ, ਪੂਜਾ ਕੀਚੈ ਹਰ ਨਾਮ ਤੇ ਆਈਐ, ਬਿਨ ਨਾਵੈ ਪੂਜ ਨਾ ਹੋਏ, ਇਹ ਬੇਨਤੀ ਬਖਾਨੀ। ਹਿਤ ਚੀਤ ਹੋਏ, ਹਿਤ ਚੀਤ ਚਿੱਤ ਤੋਂ ਹਿਤ ਪ੍ਰੇਮ ਹੋਣਾ ਕਰੇ ਅੰਦਰੋਂ, ਮੈਂ ਮਰੇ ਤੇ ਤੂੰ ਲਈ ਔਰ ਭਾਵ ਉਤਪੰਨ ਹੋਣ। ਭਾਈ ਸਾਹਿਬ ਕਹਿੰਦੇ ਪੰਡਿਤ ਜੋਤਕ ਸੋਧ ਸਗਨ ਲਗਨ ਗਰੇ, ਇਹਨਾਂ ਨੇ ਬਾਹਰ ਦੇ ਲਗਨ ਸੋਧੇ, ਬਾਹਰ ਦੀ ਜੋਤਕ ਸੋਧਦੇ ਰਹਿ, ਬਾਹਰ ਦੇ ਗ੍ਰਹਿ ਪੂਜਦੇ ਰਹਿ। ਕਹਿ ਲੱਗੇ ਪਰਮਾਤਮਾ ਦੇ ਨਾਲ ਜੁੜਨ ਵਾਲਾ ਸੰਬੰਧ ਨਾ ਹੋਇਆ। ਬਾਹਰੋਂ ਕਹਿੰਦੇ ਰਹਿ ਸੁਭ ਦਿਨ ਸਾਹ ਲਿਖ ਦੇਹ ਬੇਦ ਨੀਤ ਹੋਏ, ਬਈ ਬਾਹਰੋਂ ਸੁਭ ਦਿਨ ਆਇਆ ਜੀ, ਆ ਸਾਹ ਚੰਗਾ ਹੈ ਜੀ, ਆ ਰੀਤੀ ਦੇ ਨਾਲ ਏ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹਨੂੰ ਉਹ ਦਿਨ ਸੋਧ ਕੇ ਉਸ ਜੋਤਿਸ਼ ਦੇ ਮੁਤਲਕ ਕਰ ਦਿੰਦੇ ਆ ਕਿ ਉਹਦਾ ਗੰਢ ਜੁਟਾਵਾ ਸਦਾ ਰਹਿੰਦਾ, ਰਸੂਖ ਸਦਾ ਰਹਿੰਦਾ ਹੈ। ਕਹਿੰਦੇ ਨਹੀਂ, ਉਹ ਸੱਜਣਾ ਤੂੰ ਪਰਮਾਤਮਾ ਨਾਲ ਜੁੜ, ਜੇ ਪਰਮਾਤਮਾ ਖੁਸ਼ ਏ ਨਾ, ਪਰਮਾਤਮਾ ਨਾਲ ਜੁੜਿਆ ਰਸ ਰਸੂਖ ਜ਼ਿੰਦਗੀ 'ਚ ਇੱਥੇ ਵੀ ਬਣੇਗਾ ਅਤੇ ਉੱਥੇ ਵੀ, ਨਹੀਂ ਤਾਂ ਸੱਜਣਾ ਇੱਥੇ ਜੀਵਨ ਸਵਾਸਾਂ ਦੀ ਡੋਰੀ ਟੁੱਟਦੀ ਆ, ਇੱਥੇ ਨਾਤੇ ਟੁੱਟਦੇ ਨੇ, ਔਰ ਤੂੰ ਕਿਹੜੇ ਗੰਢ ਜੁਟਾਵੇ ਦੀ ਗੱਲ ਕਰਦਾ ਹੈ, ਇਹ ਤੇਰਾ ਕੀਤਾ ਕੁਝ ਨਹੀਂ ਹੋਣਾ, ਤੂੰ ਤਾਂ ਆਪ ਇੱਕ ਦਿਨ ਸੰਸਾਰ ਤੋਂ ਉੱਠ ਜਾਣਾ ਆ। ਮਹਾਰਾਜ ਸੱਚੀ ਪਾਤਸ਼ਾਹ ਕਹਿੰਦੇ ਨੇ ਔਰ ਸੱਜਣਾ ਸਗਨ ਅਪਸਗਨ ਤਿਸ ਕੋ ਲੱਗੈ, ਇਹ ਸਗਨ ਤੇ ਅਪਸ਼ਗਨ ਕਿਹਨੂੰ ਆ ਕੇ ਪਾਉਂਦੇ ਨੇ, ਇਹ ਜਿਹੜਾ ਤੂੰ ਮਹੂਰਤ ਸੋਧ ਦਿੱਤਾ ਹੈ ਕਿਹਨੂੰ ਪਾਉਂਦਾ ਹੈ। ਕਹਿਣ ਲੱਗੇ ਜਿਸ ਚੀਤ ਨਾ ਆਵੇ, ਜਿਹਨੂੰ ਰੱਬ ਭੁੱਲ ਜਾਂਦਾ ਹੈ ਨਾ ਉਹਦੇ ਤੇ ਦੁੱਖ, ਉਹਨੂੰ ਸਗਨ ਅਪਸਗਨ ਹੈ, ਜਿਹਨੂੰ ਰੱਬ ਚੇਤੇ ਆਉਂਦਾ ਉਹਦੇ ਵਾਸਤੇ ਨਹੀਂ, ਉਹਦੇ ਲਈ ਸਦਾ ਬਹਾਰ ਹੈ। ਤੇ ਜਦੋਂ ਰੱਬ ਭੁੱਲ ਜਾਵੇ, ਜਿੱਤ ਦਿਨ ਵਿਸਰੈ ਪਾਰ ਬ੍ਰਹਮ, ਜਿੱਦਣ ਰੱਬ ਭੁੱਲ ਜਾਵੇ ਫਿਰ ਤਾਂ ਭੁਲੇਰੀ ਰੁੱਤ ਚੰਗੀ, ਬੇਸ਼ੱਕ ਬਸੰਤ ਬਹਾਰ ਖੇੜੇ ਵਾਲੀ ਰੁੱਤ ਹੋਵੇ, ਜੇ ਵਿਸਰ ਗਿਆ ਸਤਨਾਮ ਵਾਹਿਗੁਰੂ ਤੇਰੇ ਵਾਸਤੇ ਦੁੱਖ ਹੀ ਇਹਦੂ ਵੱਡਾ ਕੋਈ ਨਹੀਂ, ਸਾਰੇ ਦੁੱਖ ਤੇਰੇ ਉੱਪਰ ਹਾਵੀ ਹੋ ਜਾਣਗੇ। ਜੇ ਪਰਮਾਤਮਾ ਚੇਤੇ ਨਹੀਂ ਆਇਆ, ਪਰਮਾਤਮਾ ਦੇ ਨਾਲ ਨਹੀਂ ਜੁੜਿਆ, ਉਹ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ
ਬਈ ਉਹਨਾਂ ਨੇ ਬਾਹਰ ਦੇ ਸਾਹੇ ਸੋਧੇ, ਅੰਦਰ ਵੱਲ ਨੂੰ ਕੋਈ ਤੁਰਿਆ ਹੀ ਨਾ, ਅੰਦਰੋਂ ਕੋਈ ਜੁੜਿਆ ਹੀ ਨਾ। ਸਕਲ ਕੁਟੰਬ ਸਖੀ ਮੰਗਲ ਗਾਵੋ ਮਿਲ। ਕਹਿੰਦੇ ਬਾਹਰੀ ਤੌਰ 'ਤੇ ਸਾਰਿਆਂ ਨੇ, ਬੜਾ ਪਰਿਵਾਰ ਨੇ, ਨਾਤੇ ਵਾਲਿਆਂ ਨੇ ਮਿਲ ਕੇ ਮੰਗਲਾਚਾਰ ਕੀਤਾ, ਬਈ ਖੁਸ਼ੀ ਹੈ। ਉਹੀ ਖੁਸ਼ੀ ਦੁੱਖ ਦਾ ਕਾਰਨ ਬਣਨ ਲੱਗ ਪਈ, ਉਹੀ ਕੁਝ ਸਮੇਂ ਬਾਅਦ ਦੁਖੀ ਉਹ ਜੀਵਨ ਜਿਉਣ ਲੱਗ ਪਏ। ਕਹਿੰਦੇ ਨਹੀਂ ਸੱਜਣਾ, ਜਦੋਂ ਗੁਰੂ ਨਾਲ ਜੁੜ ਕੇ ਗੁਰੂ ਦੇ ਮਾਰਗ 'ਤੇ ਤੁਰਿਆ ਹੋਇਆ ਅਤੇ ਗੁਰੂ ਗੁਰੂ ਤੈਨੂੰ ਚੇਤੇ ਹੋਇਆ, ਤੇਰੇ ਕਾਰਜ ਵਿੱਚ ਗੁਰੂ ਖਲੋਇਆ ਹੋਇਆ, ਤੇਰੇ ਹਿਰਦੇ ਵਿੱਚ ਗੁਰੂ ਪ੍ਰਗਟ ਹੋਇਆ ਹੋਇਆ, ਤੇਰਾ ਕਾਰਜ ਗੁਰੂ ਕਰਦਾ ਹੋਇਆ, ਜਿਨ ਕਾ ਕਾਰਜ ਤਿੰਨ ਹੀ ਕੀਆ, ਕਾ ਮਾਨਸ ਕਿਆ ਵਿਚਾਰਾ ਰਾਮ। ਉਹਨੂੰ ਤਾਂ ਕਰੇਗਾ ਜਿਹਦੇ ਅੱਗੇ ਅਰਦਾਸ ਕਰੇਗਾ, ਜੋਦੜੀ ਕਰੇਗਾ, ਬੇਨਤੀ ਕਰੇਗਾ, ਫਿਰ ਉਹ ਕਾਰਜ ਵਿੱਚ ਖਲੋਂਦਾ ਹੈ। ਵਿੱਚ ਕਰਤਾ ਪੁਰਖ ਖਲੋਆ, ਵਾਲ ਨਾ ਵਿੰਗਾ ਹੋਆ। ਉਹ ਕਰਤਾ ਕਿਰਤ ਵਿੱਚ ਆਉਂਦਾ ਹੈ, ਕਾਰਜ ਵਿੱਚ ਆਉਂਦਾ ਹੈ। ਹਰ ਹਰ ਚਰਨ ਹਿਰਦੈ ਉਰ ਧਾਰੇ, ਜਿਹੜਾ ਹਰੀ ਪਰਮਾਤਮਾ ਵਾਹਿਗੁਰੂ ਦੇ ਸ਼ਬਦ ਸਰੂਪ ਚਰਨਾਂ ਨੂੰ ਹਿਰਦੇ ਵਿੱਚ ਟਿਕਾਉਂਦਾ ਤੇ ਆਉਂਦਾ। ਹਰ ਹਰ ਚਰਨ ਹਿਰਦੈ ਉਰ ਧਾਰੇ, ਸਿਮਰ ਸੁਆਮੀ ਸਤਿਗੁਰ ਆਪਣਾ। ਇਹ ਨਹੀਂ ਕਿਹਾ ਕਿਸੇ ਜਾ ਕੇ ਮੂਹਰਤ ਕਢਾ ਆ ਕਢਾ, ਜਿਹਦੀ ਮਰਦਾਦਾ ਉਹਨਾਂ ਨੂੰ ਮੁਬਾਰਕ ਹੈ, ਜਿਹੜਾ ਸਿੱਖ ਅਖਵਾਉਂਦਾ ਹੈ ਨਾ, ਉਹਦੇ ਲਈ ਗੁਰਮਤ ਏ, ਗੁਰਮਤ ਤੋਂ ਸਿਵਾਏ ਕੁਝ ਨਹੀਂ, ਗੁਰੂ ਤੋਂ ਪਰੇ ਕੁਝ ਨਹੀਂ। ਸਿਮਰ ਸੁਆਮੀ ਸਤਿਗੁਰ ਆਪਣਾ, ਕਾਰਜ ਸਫਲ ਹਮਾਰੇ, ਤੇਰੇ ਕਾਰਜ ਸਫਲ ਹੋਣੇ ਆ, ਸਿਮਰ ਕੇ, ਜੁੜ ਕੇ, ਗੁਰਮਤ ਨਾਲ ਤੁਰ ਕੇ, ਮਾਣ ਕੇ, ਆਨੰਦਿਤ ਹੋ ਕੇ। ਅਤੇ ਜਦੋਂ ਗੁਰੂ ਗੁਰੂ ਜਪੇਗਾ ਉਦੋਂ ਸਾਰੇ ਸੁਖੀ ਹੋਵੋਗੇ, ਨਹੀਂ ਤਾਂ ਦੁਖੀ। ਇਹ ਔਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ, ਔਰ ਇਹ ਕੁਟੰਬ ਸਾਰਾ ਜਿਹੜਾ ਹੈ ਨਾਲ ਚੱਲਣ ਵਾਲਾ ਨਹੀਂ ਹੋ, ਇਹੋ ਕੁਟੰਬ ਤੂੰ ਜੋ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਇਹ ਨਾਲ ਚੱਲਣ ਵਾਲਾ ਨਹੀਂ, ਨਿਭਣ ਵਾਲਾ ਨਹੀਂ। ਸਗਲ ਕੁਟੰਬ ਸਖੀ, ਸਾਰਾ ਕੁਟੰਬ ਜਿਹੜਾ ਆ, ਕਹਿੰਦੇ ਮਿਲ ਮੰਗਲ ਗਾਵੋ, 99 ਬਿਰਤੀ ਨਾ, ਔਰ ਮਿਲ ਕੇ ਸਾਰੇ ਕੁਟੰਬੀ ਕਾਰਜ ਦੀ ਸੰਪੰਨਤਾ ਲਈ, ਹਿਰਦੇ ਦੇ ਕਾਰਜ ਲਈ ਮਾਲਕ ਦੇ ਮੰਗਲ ਗੁਣ ਗਾਵੋ। ਖੁਸ਼ੀਆਂ ਦੇਣ ਵਾਲੇ ਦਾਤੇ ਨੂੰ ਅਰਾਧ, ਅਤੇ ਜਦੋਂ ਉਹਨੂੰ ਅਰਾਧਿਆ ਨਾ, ਆਵਾਜ਼ਾਂ ਮਾਰੀਆਂ ਪੁਕਾਰਿਆ, ਅਤੇ ਯਾਦ ਰੱਖ ਉਹਨੇ ਮੜੀ ਜੀ ਤ੍ਰਿਸ਼ਵੀ ਨਦਰ ਨਾਲ ਤੇਰੇ ਪਰਿਵਾਰ ਵੱਲੇ, ਤੇਰੇ ਕਾਰੋਬਾਰ ਵੱਲੇ, ਤੇਰੇ ਕਾਰਜ ਵੱਲੇ ਤੱਕ ਲਿਆ, ਅਤੇ ਤੈਨੂੰ ਉਹ ਖੁਸ਼ੀਆਂ ਉਹਨੇ ਦੇ ਦੇਣੀਆਂ ਨੇ ਜਿਨ੍ਹਾਂ ਨੂੰ ਕੱਟਣ ਵਾਲਾ ਹੀ ਕੋਈ ਨਹੀਂ, ਕੋਈ ਕੱਟ ਹੀ ਨਹੀਂ ਸਕਦਾ। ਮਹਾਰਾਜ ਸੱਚੇ ਪਾਤਸ਼ਾਹ ਬਾਣੀ ਅੰਦਰ ਬਚਨ ਕਰਦੇ, ਲੱਖ ਖੁਸ਼ੀਆਂ ਪਾਤ ਸਾਹੀਆਂ ਜੇ ਸਤਿਗੁਰ ਨਦਰ ਕਰ, ਜੇ ਉਹਨੇ ਨਦਰ ਕੀਤੀ ਤਾਂ ਹੈ, ਨਹੀਂ ਤਾਂ ਖੁਸ਼ੀ ਹੀ ਗਮੀ ਬਣ ਜਾਵੇਗੀ ਔਰ ਸੁੱਖ ਹੀ ਦੁੱਖ ਬਣ ਜਾਵੇਗਾ, ਖੇੜਾ ਹੀ ਮੁਰਝਾਏ ਤਾਂ ਬਣ ਜਾਵੇਗੀ ਔਰ ਖੁਸ਼ੀ ਦੇ ਵਿੱਚ ਕੀਰਣੇ ਪੈਣ ਲੱਗ ਪੈਣਗੇ। ਉਹਦੀ ਨਦਰ ਹੋਣੀ ਹੈ ਜਦੋਂ ਉਹ ਤੇਰੇ 'ਤੇ ਖੁਸ਼ ਹੋਇਆ, ਪ੍ਰਸੰਨ ਹੋਇਆ, ਉਹਨੇ ਰਤਾ ਕੋ ਨਦਰ ਨਾਲ ਤੇਰੇ ਵੱਲੇ ਤੱਕਿਆ ਨਾ,
ਤੇ ਯਾਦ ਰੱਖੀ ਸੱਜਣਾ, ਔਰ ਵਾਹਿਗੁਰੂ ਦੀ ਨਜ਼ਰ ਵਿੱਚ ਲੱਖਾਂ ਹੀ ਖੁਸ਼ੀਆਂ ਨੇ, ਤੇਰੇ ਜੀਵਨ ਨੂੰ ਖੁਸ਼ਹਾਲ ਕਰਨਗੀਆਂ, ਤੇਰੇ ਕਾਰਜ ਨੂੰ ਖੁਸ਼ਹਾਲ ਕਰਨਗੀਆਂ। ਔਰ ਸਤ ਸੰਗਤ ਇਸ ਲਈ ਹੈ, ਰੱਬ ਨਾਲ ਪਿਆਰ ਕਰਨ ਵਾਲੀਆਂ ਰੰਗ ਰਤੜੀਆਂ ਰੂਹਾਂ ਬੈਠੀਆਂ ਹੁੰਦੀਆਂ ਨੇ, ਤੇ ਜਦੋਂ ਫਿਰ ਦਿਲੋਂ ਪੁਕਾਰਦੇ ਨਾ, ਕਿਸੇ ਬਾਪ ਦਾ ਬੇਟਾ ਬੈਠਾ ਹੋਵੇ, ਬੜਾ ਪਿਆਰ ਹੋਵੇ ਉਹਦਾ, ਤੇ ਉਹਦੇ ਨਾਲ ਹੋਰ ਦੋ ਚਾਰ ਬੈਠੇ ਹੋਣ, ਉਹ ਆਪਣੇ ਪੁੱਤਰ ਵੱਲੇ ਦੇਖੇ ਤੇ ਨਦਰ ਉਹਨਾਂ 'ਤੇ ਪੈਂਦੀ ਨਾ, ਸਤ ਸੰਗਤ ਵਿੱਚ ਆਉਣ ਦਾ ਕਾਰਨ ਪ੍ਰਯੋਜਨ ਇਹੀ ਹੈ, ਉਹ ਜਪਣ ਵਾਲੇ, ਸੇਵਾ ਵਾਲੇ, ਸਿਮਰਨ ਵਾਲੇ ਰੰਗ ਰਤੜੇ ਬੈਠੇ ਨੇ। ਜਦੋਂ ਪ੍ਰਭੂ ਜੀ ਰਹਿਮਤ ਦੀ ਨਜ਼ਰ ਉਹਨਾਂ 'ਤੇ ਕਰਦੇ ਆ, ਉਹਨਾਂ 'ਤੇ ਵੀ ਅਕਸ਼ ਪੈਂਦਾ, ਉਹਨਾਂ ਦੇ ਵੀ ਕਾਰਜ ਸਵਰ ਜਾਂਦੇ ਨੇ, ਉਹਨਾਂ 'ਤੇ ਵੀ ਰਹਿਮਤ ਹੁੰਦੀ ਹੈ। ਫਿਰ ਪ੍ਰਭ ਕਾਜ ਸਵਾਰੇ ਆਏ ਕਦੋਂ, ਜਬ ਮੇਰੀ ਮੇਰੀ ਮਿਟ ਜਾਏ, ਜਦੋਂ ਮੇਰਾ ਮੁਜਮੈ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝਕੋ ਸੌਂਪ ਤੇ ਕਿਆ ਲਾਗੈ ਮੇਰਾ। ਵਾਹਿਗੁਰੂ ਸਭ ਕੁਝ ਤੇਰਾ ਹੈ, ਪਰਿਵਾਰ ਤੇਰਾ ਹੈ, ਧੀ ਪੁੱਤਰ ਦੀ ਸ਼ਾਦੀ ਹੈ ਤੇਰਾ ਹੈ, ਔਰ ਤੂੰ ਨਿਭਾਉਣਾ ਹੈ, ਤੂੰ ਕਾਰਜ ਕਰਨਾ ਹੈ। ਜਦੋਂ ਇਹ ਕਰੀਏ ਨਾ, ਉਦੋਂ ਪ੍ਰਭੂ ਕਾਰਜ ਸਵਾਰਦਾ ਹੈ। ਸ਼ਰਤ ਇਹ ਆ, ਮਨ ਮਾਨੀ ਅਸੀਂ ਕਰਦੇ, ਕਾਰਜ ਤਾਂ ਕਈ ਵਾਰ ਅਰਦਾਸ ਉਹਦੇ ਅੱਗੇ ਕਰ ਲੈਂਦੇ, ਪਰ ਅੰਦਰ ਈਗੋ ਬੜੀ ਬਣ ਜਾਂਦੀ, ਮੇਰੇ ਵਰਗਾ ਗੁਰਮਤੀਆ ਕੌਣ, ਮੇਰੇ ਵਰਗਾ। ਮਹਾਰਾਜ ਕਹਿੰਦੇ ਚੰਗਾ ਤੇਰੇ ਵਰਗਾ ਹੈ ਨਾ, ਤੇਰੇ ਕੋ ਅਕਲ ਜ਼ਿਆਦਾ, ਤੇਰੇ ਕੋ ਗੁਰਮਤ ਜ਼ਿਆਦਾ, ਤਾਂ ਚੰਗਾ ਫਿਰ ਤੂੰ ਹੀ ਇਹਨੂੰ ਸੰਭਾਲ ਲਾ। ਫਿਰ ਉੱਥੇ ਬਖੇੜੇ ਖੜੇ ਹੋ ਜਾਂਦੇ ਨੇ। ਮਹਾਰਾਜ ਕਹਿੰਦੇ ਵੀ ਸੱਚੀ ਮੁੱਚੀ ਅੰਦਰ ਨਿਮਰਤਾ ਹੋਵੇ, ਤੇ ਪ੍ਰਭੂ ਜੇ ਕਾਰਜ ਵਿੱਚ ਆਇਆ ਹੈ, ਉਹੋ ਜਿਹਾ ਖਾਣਾ ਬਾਣਾ ਉਸ ਕਾਰਜ ਵਿੱਚ ਹੋਵੇ, ਉਹਦੇ ਤੋਂ ਉਲਟਾ ਨਾ ਹੋਵੇ। ਇਹ ਨਾ ਹੋਵੇ ਕਿ ਪ੍ਰਭੂ ਜੀ ਨੇ ਤੁਹਾਡੇ ਕਾਰਜ ਵਿੱਚ ਆਉਣਾ ਹੈ, ਕੋਈ ਉਲਟਾ ਕੰਮ ਉੱਥੇ ਕਰਕੇ ਬੈਠੇ ਹੋ, ਬੁਲਾਉਣਾ ਪ੍ਰਭੂ ਨੂੰ ਹੈ, ਦਾਵਤ ਪ੍ਰਭੂ ਨੂੰ ਦੇਣੀ ਹੈ, ਅਤੇ ਸਾਰਾ ਕੁਛ ਰੱਬ ਤੋਂ ਉਲਟਾ ਬਣਾ ਕੇ ਬੈਠੇ, ਉੱਥੇ ਪਾਪ ਕਰਮ ਹੈ, ਉੱਥੇ ਹੋਰ ਨਸ਼ੇ ਆਦਿ ਨੇ, ਅਤੇ ਪ੍ਰਭੂ ਕਿਵੇਂ ਆਏਗਾ। ਮਹਾਰਾਜ ਮਿਹਰ ਕਰਦੇ ਨੇ, ਉਹ ਫਿਰ ਕਾਰਜ ਸਵਾਰਦਾ, ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ, ਜਬ ਮੇਰੀ ਮੇਰੀ ਮਿਟ ਜਾਏ। ਪ੍ਰਭ ਕਾਜ ਸਵਾਰੇ ਆਏ, ਸਾਰਾ ਪਰਿਵਾਰ ਮਿਲ ਕੇ ਪ੍ਰਭੂ ਦੇ ਮੰਗਲ ਗਾ, ਗੁਣ ਗਾਇਨ ਕਰ, ਔਰ ਚਾੜੋ ਤਿਲਕ ਤਿਲ ਮਾਥੇ ਰਸ ਰੀਤ ਹੋਏ, ਔਰ ਪ੍ਰਭੂ ਦੇ ਨਾਲ ਮਿਲਾਪ ਹੋਣਾ। ਉਹ ਤੇਲ ਚੜਾਉਂਦੇ ਆ ਜਿਹੜੀਆਂ ਅਸੀਸਾਂ ਬੀਬੀਆਂ ਦਿੰਦੀਆਂ ਸਨ, ਤੇ ਸੱਤ ਸੰਗੀਆਂ ਨੇ ਮਿਲ ਕੇ ਅਸੀਸਾਂ ਦੇਵੋ ਮੇਲ ਕਰੇਵੋ ਮਿਲਿਆ ਕਾ ਕਿਆ ਮਿਲੋ, ਜਿਹੜੇ ਮਿਲੇ ਨੇ ਇਹ ਅਸੀਸਾਂ ਸੱਤ ਸੰਗਤ ਸੇਵਾ ਸਿਮਰਨ ਉਹਨਾਂ ਲਈ ਨਹੀਂ, ਉਹਨਾਂ ਨਾਲ ਮਿਲ ਕੇ ਉਹਨਾਂ ਤੋਂ ਮਾਰਗ ਪੁੱਛ ਕੇ ਜੁੜਿਆਂ ਦਾ ਸੰਗ ਕਰਕੇ ਮਾਲਕ ਨਾਲ ਜੁੜਿਆ ਜਾਵੇ। ਔਰ ਜਿਹੜਾ ਹੈ ਰਸ ਜ਼ਿੰਦਗੀ ਵਿੱਚ ਬਣੇ ਰੀਤ, ਉਹ ਮਰਜ਼ਾਦਾ ਸਮਝ ਆਵੇ, ਉਹ ਮਾਰਗ ਸਮਝ ਆਵੇ। ਕਹਿੰਦੇ ਬੇਦੀ ਰਚ ਗਾਠ ਜੋੜ ਦੀਜੀ ਹੈ ਆਸੀਸ ਮੋਹੇ, ਜਿਵੇਂ ਉਹ ਬੇਦੀ ਰਚ ਕੇ ਤੇ ਔਰ ਗੰਢ ਜੁਠਾਵਾ ਕਰਦੇ ਨਾ, ਜਿਵੇਂ ਆਪਣੇ ਗੁਰਮਤ ਵਿੱਚ ਪੱਲੂ ਪਕੜਾਉਣਾ, ਤੇ ਉਸੇ ਤਰ੍ਹਾਂ ਮਹਾਰਾਜ ਕਹਿੰਦੇ ਸਾਧ ਸੰਗਤ ਵਿੱਚ ਆ ਕੇ ਨਾ, ਆਤਮਾ ਤੇ ਆਤਮਾ ਨੂੰ ਪਰਮਾਤਮਾ ਨਾਲ ਜੋੜ, ਪਰਮਾਤਮਾ ਦਾ ਪੱਲੂ ਪਕੜ, ਉਹਦੇ ਮਾਰਗ ਤੇ ਚੱਲਣ ਲਈ ਔਰ ਜੋੜ ਦੀਜੀ ਹੈ
ਤੇ ਜਦੋਂ ਉਹਦੇ ਨਾਲ ਗੰਢ ਜੁਟਾਵਾ ਹੋਇਆ ਫਿਰ ਕੀ ਇਹ ਦੀਜੀਏ ਆਸੀਸ ਮੋਹੇ, ਆਸੀਸ ਦੇਵੋ ਕਿ ਪ੍ਰਭੂ ਨਾਲ ਤੇਰਾ ਮਿਲਾਪ ਰਵੇ, ਪ੍ਰਭੂ ਨਾਲ ਜੁੜਿਆ ਨਾ, ਪ੍ਰਭੂ ਦੇ ਤੇਰੇ ਤੇ ਹਰ ਵਕਤ ਖੁਸ਼ੀ ਰਹੇ, ਪ੍ਰਭੂ ਦੇ ਤੇਰੇ ਤੇ ਮਿਹਰ ਰਹੇ, ਰਹਿਮਤ ਰਹੇ, ਔਰ ਸੇਜਾ ਸੰਜੋਗ ਮੈਂ ਪ੍ਰਤੀਤ ਕਿ ਪ੍ਰਭੂ ਦੇ ਨਾਲ ਤੇਰੀ ਪ੍ਰੀਤੀ ਵਧੇ, ਪ੍ਰਤੀਤ ਭਰੋਸਾ ਬਣੇ ਔਰ ਹਮੇਸ਼ਾ ਜੁੜਿਆ ਰਵੇ, ਭਲੀ ਪ੍ਰਕਾਰ ਕਦੇ ਵਿਛੋੜਾ ਨਾ ਹੋਵੇ, ਪ੍ਰੀਤ ਰੀਤ ਹੋਏ, ਇਹ ਪ੍ਰੀਤੀ ਦੀ ਰੀਤੀ ਮਰਜ਼ਾਦਾ ਹੋਵੇ ਤੇਰੀ, ਉਹਦੇ ਨਾਲ ਮਿਲਾਪ ਦੀ ਜੁੜ ਜਾਵੇ ਤੇ ਜੁੜੇਗਾ ਤਾਂ ਜਦੋਂ ਜਪੇਗਾ ਹਿਰਦੇ ਜਪੋ ਨੇਤਰ ਧਿਆਨ ਲਾਵੋ, ਹਿਰਦੇ ਵਿੱਚ ਯਾਦ ਤੇ ਨੇਤਰਾਂ ਵਿੱਚ ਦੇਖਣ ਦੀ ਉਡੀਕ ਹੋਵੇ, ਸਿੱਖ ਹੋਵੇ, ਦੀਦਾਰ ਦੇਖਣਾ ਹੈ ਔਰ ਸਵਰ ਸ੍ਰਵਣੀ ਕਥਾ ਸੁਣਾਏ, ਕੰਨਾਂ ਨਾਲ ਉਹਦੇ ਬਚਨਾਂ ਨੂੰ ਸੁਣਨਾ, ਉਹਦੀ ਵਿਚਾਰ ਨੂੰ ਸੁਣਨਾ, ਚਰਨੀ ਚੱਲੋ ਮਾਰਗ ਠਾਕੁਰ ਕੈ, ਕਦਮਾਂ ਨਾਲ ਬਾਹਰੋਂ ਵੀ ਗੁਰੂ ਵੱਲ ਨੂੰ ਚੱਲ ਕੇ ਆਉਣਾ, ਅੰਦਰ ਦੇ ਕਦਮਾਂ ਨਾਲ ਵੀ ਚੱਲਣਾ, ਰਸਨਾ ਹਰ ਗੁਣ ਗਾਏ ਤੇ ਜ਼ਬਾਨ ਤੇਰੀ ਨਿੰਦਿਆ ਚੁਗਲੀ ਓਲ ਜਲੂਲ ਨਾ ਬੋਲੇ, ਪ੍ਰਭੂ ਦੇ ਗੁਣ ਗਾਇਨ ਕਰੇ ਰਸਨਾ ਦੇ ਨਾਲ, ਔਰ ਦੇਖਿਓ ਦ੍ਰਿਸ਼ਟ ਸਰਬ ਮੰਗਲ ਰੂਪ, ਫਿਰ ਸਾਰੀਆਂ ਖੁਸ਼ੀਆਂ ਦਾ ਮੰਗਲ ਰੂਪ ਜਿਹੜਾ ਨਾ ਮੁੱਢ ਰੂਪ ਜਿਹੜਾ ਉਹ ਮਾਲਕ ਦਾ ਦੀਦਾਰ ਹੁੰਦਾ ਆ। ਉਲਟੀ ਸੰਤ ਕਰਾਏ ਜਿਹੜੇ ਸਤ ਸੰਗੀ ਸਤ ਚਿੱਤ ਆਨੰਦ ਸਰੂਪ ਗੁਰਸਿੱਖ ਪਿਆਰੇ ਜੁੜੀ ਹੋਈ ਬਿਰਤੀ ਵਾਲੇ ਸਾਧੂ ਜਨ ਸੰਤ ਜਨ ਗੁਰਸਿੱਖ ਜਨ ਰੱਬ ਨਾਲ ਰੰਗ ਰਤੜੀਆਂ ਰੂਹਾਂ ਨੇ, ਉਹ ਉਲਟਾ ਇਹ ਕਰਦੇ ਸੰਸਾਰ ਵੱਲੋਂ ਪਲਟਾ ਕੇ ਨਿਰੰਕਾਰ ਦੇ ਮਾਰਗ ਤੇ ਪਾ ਦਿੰਦੇ ਨੇ, ਜਪਨ ਲਾ ਦਿੰਦੇ ਨੇ। ਇਹ ਭਾਈ ਗੁਰਦਾਸ ਸਾਹਿਬ ਜੀ ਨੇ ਸਾਡੇ ਤੇ ਕਿਰਪਾ ਕੀਤੀ, ਅਲੰਕਾਰ ਬੰਨ੍ਹਦਿਆਂ ਹੋਇਆਂ ਸਾਨੂੰ ਸਮਝਾਇਆ ਹੈ ਕਿ ਮਾਲਕ ਨਾਲ ਜੁੜ, ਕਿਤੇ ਬਾਹਰ ਦੇ ਇਹਨਾਂ ਚੱਕਰਾਂ ਵਿੱਚ ਨਾ ਪੈ ਜੀ ਕਿ ਅਸੀਂ ਮੂਰਤ ਸੋਧ ਲਿਆ ਜੀ ਔਰ ਸਾਹ ਸੋਧ ਲਿਆ ਜੀ, ਇਹਦੇ ਨਾਲ ਹੀ ਸਾਰੇ ਸੁੱਖ ਹੋ ਜਾਣੇ। ਨਹੀਂ, ਕਹਿੰਦੇ ਸਿੱਖ ਆ ਨਾ ਜਿਹੜਾ ਸਿੱਖ ਅਖਵਾਉਂਦਾ, ਜਿਹੜਾ ਨਹੀਂ ਆਪਣੇ ਆਪ ਨੂੰ ਸਿੱਖ ਅਖਵਾਉਂਦਾ ਉਹਨੂੰ ਕਹਿਣਾ ਕੀ ਆ, ਜਿਹੜਾ ਸਿੱਖ ਅਖਵਾਉਂਦਾ ਉਹ ਆ ਗੁਰਮਤ ਵੱਲ ਨੂੰ ਤੁਰੇਗਾ, ਗੁਰਮਤੀਆ ਹੋਵੇਗਾ, ਉਹਦੀ ਝੋਲੀ ਭਰਨੀ, ਉਹਦਾ ਕਾਰਜ ਸਵਰਨਾ ਤੇ ਗੁਰੂ ਤੋਂ ਸਵਰਨਾ ਹੈ, ਉਹਦੀ ਚੜ੍ਹਦੀ ਕਲਾ ਹੋਣੀ ਤੇ ਗੁਰੂ ਤੋਂ ਹੋਣੀ ਹੈ, ਹੋਰ ਕਿਤੇ ਜਾ ਕੇ ਨਹੀਂ। ਇਹ ਭਾਈ ਗੁਰਦਾਸ ਸਾਹਿਬ ਜੀ ਨੇ ਬੜੇ ਪ੍ਰੇਮ ਪੂਰਵਕ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ। ਇਹ ਭਾਈ ਸਾਹਿਬ ਜੀ ਦੇ ਬੜੇ ਗੋਝ ਵਿਚਾਰ ਸਨ, ਤੁਸ਼ ਬੁੱਧੀ ਨਾਲ ਸੰਖੇਪ ਜੇ ਰੂਪ ਅੰਦਰ ਔਰ ਸਮਝਣ ਔਰ ਸਮਝਾਉਣ ਦਾ ਯਤਨ ਕੀਤਾ, ਕਿਉਂਕਿ ਵਿਦਵਾਨ ਜਦੋਂ ਇਹਦਾ ਵਿਚਾਰ ਦਿੰਦੇ ਵਿਖਿਆਨ ਦਿੰਦੇ ਨਾ, ਇਹਦਾ ਬਹੁਤ ਬਹੁਤ ਖੁਲਾਸਾ ਹੈ, ਬਹੁਤ ਬਹੁਤ ਖੁਲਾਸਾ ਹੈ, ਕਿਉਂਕਿ ਭਾਈ ਸਾਹਿਬ ਨੇ ਬੜੇ ਬੜੇ ਵੱਡੇ ਮਜ਼ਬੂਨ ਇੱਕ ਇੱਕ ਬੋਲ ਦੇ ਵਿੱਚ ਗੁੰਥੜ ਕਰਕੇ ਰੱਖੇ ਹੋਏ ਨੇ। ਤੁਸ਼ ਬੁੱਧੀ ਨਾਲ ਵਿਚਾਰ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਜਾਂਦੀਆਂ। ਆਪ ਸੰਗਤ ਸਤਿਗੁਰੂ ਬਖਸ਼ਣ ਯੋਗ ਹੋ, ਅੱਗੇ ਤੋਂ ਸ੍ਰੇਸ਼ਟ ਮਤ ਬੁੱਧੀ ਬਖਸ਼ਿਸ਼ ਕਰਿਆ ਜੇ, ਜੋ ਪੜ੍ਹ ਪੜ੍ਹਾ ਕੇ ਗੁਰੂ ਆਛੇ ਅਨੁਸਾਰ ਵਿਚਾਰ ਕਰ ਸਕੀਏ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਜੀ, ਅਰਦਾਸ ਅੰਦਰ ਸ਼ਾਮਲ ਹੋਈਏ, ਸਤਿਗੁਰੂ ਦੇ ਚਰਨਾਂ ਦਾ ਆਸਰਾ ਲਈਏ, ਸਾਡੀ ਗੁਰੂ ਚਰਨਾਂ ਨਾਲ ਬਣ ਆਵੇ, ਸਾਡੀ ਬੋੜੀ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।